2022 दीआं चोणां दे चलदे आम आदमी पार्टी वल्लों मुख्यमंत्री चेहरे दा ऐलान करना जे बाकी है, उत्थे ही श्रोमणी अकाली दल ने आम आदमी पार्टी ते इसे गल नूं लै के वड्डा हमला बोल दिता है। अकाली आगू चरणजीत बराड़ आप दे कन्वीनर अरविंद केजरीवाल ते वड्डे सवाल चुकदे नजर आ रहे ने। उन्हां कहा है कि अरविंद केजरीवाल पंजाब च अपने अमीर वर्करां तों इश्तिहार लगवा के अपने आप नूं पंजाब दे मुख्यमंत्री दा चेहरा घोषित करवाउणा चाहुंदे ने, क्योंकि अरविंद केजरीवाल ने अपनी पार्टी च कोई जिहा चेहरा ही नहीं रहण दित्ता जो मुख्यमंत्री बनन दे काबल होवे। ते इस इश्तिहार बारे चरणजीत बराड़ ने जो खुलासे कीते ने ओह तुसीं आप ही सुन लवो। सचकाल जी, अज समझ लो एक बिल्ली थैलों बाहर आ गई है कि पंजाब दे विच जिहड़ा सब तो केजरीवाल का अमीर बंदा जिन्हें हुशियारपुर तो पिछले साल इलैक्शन भी लड़ी सी और बड़ा वड्डा शेयरां दा काम करता है, उहदे तो केजरीवाल ने खुद इश्तिहार लवाया है और खुद अपने आप की मंशा जिहड़ी है मैं समझदा कि पंजाब दे लोकां दे टीका ला के देखिया लिखते कि आम आदमी पार्टी अरविंद केजरीवाल नूं घोषित करे पंजाब का अगला सीएम। ਇਹ ਇਸ਼ਤਿਹਾਰ ਹੈ ਅਜੀਤ ਦੇ ਮੁੱਖ ਪੰਨੇ ਦੇ ਉੱਤੇ ਲੱਗਿਆ ਔਰ ਮੈਂ ਸਮਝਦਾ ਕਿ ਇਹੀ ਪੰਜਾਬ ਦੇ ਵਿੱਚ ਪਹਿਲਾਂ ਦੀ ਧਾਰਨਾ ਬਣੀ ਹੋਈ ਆਮ ਆਦਮੀ ਪਾਰਟੀ ਦੇ ਵਿੱਚ। ਜੇ ਮੈਂ ਯਾਦ ਕਰਾਵਾਂ ਤੇ ਪੰਜਾਬ ਦੇ ਵਿੱਚ ਕੋਈ ਐਸਾ ਚਿਹਰਾ ਕੇਜਰੀਵਾਲ ਨੇ ਛੱਡਿਆ ਨਹੀਂ ਜੋ ਪਾਰਟੀ 'ਚ ਹੋਵੇ ਜਿਹੜਾ ਸੀਐਮ ਦੇ ਅਨਾਊਂਸ ਕਰਨ ਦੇ ਲਾਇਕ ਹੋਵੇ। ਛੋਟੇਪੁਰ ਸਾਹਿਬ ਤੋਂ ਲਾ ਕੇ ਫੂਲਕਾ ਸਾਹਿਬ ਤੋਂ ਲਾ ਕੇ ਗਾਂਧੀ ਸਾਹਿਬ ਤੋਂ ਲਾ ਕੇ ਹਰਵਿੰਦਰ ਸਿੰਘ ਖਾਲਸਾ ਤੋਂ ਲਾ ਕੇ ਖਹਿਰਾ ਸਾਹਿਬ ਤੋਂ ਲਾ ਕੇ ਮੇਰੇ ਕਹਿਣ ਦਾ ਮਤਲਬ ਜਿੰਨੇ ਲਾਮੀ ਚਿਹਰੇ ਸੀ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਨੇ ਬਹਾਨੇ ਪਾਰਟੀ ਦੇ ਵਿੱਚੋਂ ਬਾਹਰ ਕਰਤੇ। ਇੱਥੋਂ ਤੱਕ ਕਿ 13 ਐਮਪੀਆਂ ਦੇ ਵਿੱਚੋਂ 10 ਐਮਪੀ ਜਿਹੜੇ ਹੈਗੇ ਆ ਉਹ ਬਾਹਰ ਕਰਤੇ ਆ। 117 ਜਿਹੜੇ ਕੈਂਡੀਡੇਟ ਸੀ ਉਹਨਾਂ ਤੋਂ ਅੱਧਿਓਂ ਵੱਧ ਵੱਖ ਵੱਖ ਪਾਰਟੀਆਂ ਜਾ ਚੁੱਕੇ ਆ। 20 ਐਮਐਲਏ ਚੋਂ 8-10 ਜਿਹੜੇ ਹੈਗੇ ਆ ਉਹ ਵੀ ਪਾਲਾ ਜਿਹੜਾ ਹੈਗਾ ਉਹ ਬਦਲ ਚੁੱਕੇ ਆ। ਇਹਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇੱਕੋ ਹੀ ਹੈ ਭਰਾਵੋ ਕਿ ਇਹ ਪੰਜਾਬੀਆਂ ਨੂੰ ਪਸੰਦ ਹੀ ਨਹੀਂ ਕਰਦਾ ਤੇ ਪਸੰਦ ਪੰਜਾਬੀਆਂ ਨੂੰ ਪਸੰਦ ਨਾ ਕਰਨੇ ਕਰਕੇ ਮੈਂ ਯਾਦ ਕਰਾਵਾਂ ਪਿਛਲੇ ਵਾਰੀ ਇੱਕ ਸਿਸੋਦੀਆ ਸਾਹਿਬ ਨੇ ਕਿਹਾ ਸੀ ਕਿ ਇਹ ਜਿਹੜਾ ਸੀਐਮ ਕੇਜਰੀਵਾਲ ਵੀ ਹੋ ਸਕਦੇ ਆ ਤੇ ਫਿਰ ਬੜਾ ਰੌਲਾ ਪਿਆ ਸੀ ਤੇ ਫਿਰ ਉਸ ਬਿਆਨ ਦੇ ਉੱਤੇ ਚੁੱਪ ਕਰ ਜਾਂਦੇ ਆ। ਔਰ ਨਾ ਪਸੰਦ ਕਰਨ ਦਾ ਮੈਂ ਇੱਕ ਹੋਰ ਉਦਾਹਰਨ ਦੇ ਦਿੰਦਾ। ਦਿੱਲੀ ਦੇ ਵਿੱਚ ਨਾ ਕੋਈ ਪੰਜਾਬੀ ਹਿੰਦੂ ਤੇ ਨਾ ਕੋਈ ਪੰਜਾਬੀ ਸਿੱਖ ਜਿਹੜਾ ਇਹਨੇ ਮੰਤਰੀ ਤੱਕ ਨਹੀਂ ਬਣਾਇਆ। ਇੱਥੋਂ ਦੀ ਮੰਸ਼ਾ ਐਂਟੀ ਪੰਜਾਬ ਦੀ ਜਿਹੜੀ ਹੈਗੀ ਆ ਉਹ ਕਲੀਅਰ ਹੁੰਦੀ ਹੈ। ਔਰ ਜੇ ਮੈਂ ਗੱਲ ਕਰਾਂ 3-4 ਮੁੱਦੇ ਹੋਰ ਨੇ ਪੰਜਾਬ ਦੀ ਲਾਈਫ ਲਾਈਨ ਨਾਲ ਜੁੜੇ ਹੋਏ ਮੁੱਦੇ ਨੇ ਕਿ ਜਿਹੜਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸੁਪਰੀਮ ਕੋਰਟ 'ਚ ਵੀ ਉਲਟ ਫੈਸਲਾ ਉਲਟ ਲੈ ਐਫੀਡੈਵਿਟ ਦਿੱਤਾ ਔਰ ਜਿਹੜਾ ਸੀਗਾ ਟੈਲੀਵਿਜ਼ਨ ਤੇ ਵੀ ਕਿਹਾ ਵੀ ਦਿੱਲੀ ਤੇ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ। ਥਰਮਲ ਪਲਾਂਟ ਬੰਦ ਕਰਾਉਣ ਲਈ ਇਹਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਈ ਜਿਹੜੀ ਦਾ ਫੈਸਲਾ ਜੁਲਾਈ 2021 ਦੇ ਵਿੱਚ ਡਿਸਮਿਸ ਕਰਤੀ, ਨਹੀਂ ਤਾਂ ਸਾਡੇ ਪੰਜਾਬ ਹਰਿਆਣਾ ਤੇ ਯੂਪੀ ਦੇ ਜਿਹੜੇ ਕੋਲੇ ਤੇ ਚੱਲਣ ਵਾਲੇ ਥਰਮਲ ਪਲਾਂਟ ਹੈ ਉਹ ਬੰਦ ਹੋ ਜਾਣੇ ਸੀ। ਪਰਾਲੀ ਦੇ ਮੁੱਦੇ ਤੇ ਇਹਨੇ ਰਿਟ ਪਾਈ ਜਿਹਦੇ ਤੇ ਕੇਂਦਰ ਦੀ ਸਰਕਾਰ ਇਹਦੇ ਨਾਲ ਰਲ ਕੇ 1 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਘੋਸ਼ਿਤ ਕੀਤਾ ਸੀ। ਇਸ ਕਰਕੇ ਹਰ ਪੰਜਾਬ ਦੇ ਫੈਸਲੇ ਦੇ ਇਹ ਹਮੇਸ਼ਾ ਖਿਲਾਫ ਖੜਦਾ ਹੈ ਤੇ ਜਿਹੜਾ ਬੰਦਾ ਸੀਐਮ ਤੋਂ ਪੀਐਮ ਬਣਨ ਦੀ ਲਾਲਸਾ ਰੱਖਦਾ ਹੋਵੇ ਉਹ ਸਾਡੇ ਬਾਰਡਰ ਸਟੇਟ ਪੰਜਾਬ ਦੇ ਕਦੇ ਵੀ ਹਿੱਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਭੁਗਤਦਾ, ਕਿਉਂਕਿ ਪਿਛਲਾ ਪੰਜਾਬ ਨਹੀਂ ਹਿੰਦੁਸਤਾਨ ਦਾ ਭਾਰਤ ਦਾ ਜਿਹੜਾ ਹੈਗਾ ਉਹ ਗਵਾ ਰਿਹਾ ਹੈ। ਇਹਦੇ ਜੇ ਸਾਰੀਆਂ ਗੱਲਾਂ ਤੇ ਅੱਜ ਤੀਕਰ ਦੇ ਪੰਛੀ ਝਾਤ ਮਾਰੀ ਹੈ ਕਿ ਕਿਵੇਂ ਯੂ ਟਰਨ ਲੈਂਦਾ ਹੈ। ਬੱਚਿਆਂ ਦੀ ਸਹੁੰ ਖਾ ਕੇ ਕਿ ਮੈਂ ਬੀਜੇਪੀ ਜਾਂ ਕਾਂਗਰਸ ਨਾਲ ਸਮਝੌਤਾ ਨਹੀਂ ਕਰੂੰਗਾ ਤਾਂ ਮੁਕਰ ਕੇ ਕਾਂਗਰਸ ਨਾਲ ਜਿਹੜੀ ਸਰਕਾਰ ਬਣਾ ਲੈਂਦਾ, ਗਾੜੀ ਨਹੀਂ ਲਊਂਗਾ, ਬੰਗਲਾ ਨਹੀਂ ਲਊਂਗਾ, ਗਨਮੈਨ ਨਹੀਂ ਲਊਂਗਾ, ਤਨਖਾਹ ਨਹੀਂ ਲਊਂਗਾ, ਮੈਂ ਰੇਲ ਪੇ ਆਇਆ ਕਰੂੰਗਾ। ਇਹ ਗੱਲਾਂ ਸਾਰੀਆਂ ਤੁਸੀਂ ਦੇਖੀਆਂ ਤੇ 822 ਕਰੋੜ ਰੁਪਏ ਦੇ 822 ਕਰੋੜ ਰੁਪਏ ਦੇ ਇਹਨੇ ਹੁਣ ਤੀਕਰ ਕੁੱਲ ਇਸ਼ਤਿਹਾਰ ਦੇਤੇ ਤੇ ਕੱਲੀ ਆਪਣੀ ਸ਼ਕਲ ਦਿਖਾਉਂਦਾ, ਕਿਸੇ ਹੋਰ ਨਾਲ ਦੇ ਦੀ ਸ਼ਕਲ ਵੀ ਵੱਡੀ ਨਹੀਂ ਹੋਣ ਦਿੰਦਾ। ਔਰ ਜਿਹੜੇ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਦੀ ਗੱਲ ਕਰਦੇ ਸੀ, ਦੂਜੀਆਂ ਪਾਰਟੀਆਂ ਤੇ ਉਂਗਲਾਂ ਉਠਾਉਂਦੇ ਸੀ, ਸਭ ਤੋਂ ਵੱਡੀ ਗੱਲ ਹੈ ਕਿ ਆਪ ਹੀ ਮੁੱਖ ਮੰਤਰੀ ਹੈ, ਆਪ ਹੀ ਪਾਰਟੀ ਦਾ ਕਨਵੀਨਰ ਹੈ, ਕਿਸੇ ਹੋਰ ਤੇ ਨੂੰ ਨਾ ਭਰੋਸਾ ਨਾ ਕਿਸੇ ਨੂੰ ਬੰਨ ਦਿੰਦਾ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜੇ ਗੱਲ ਕਰ ਲਈਏ, ਪੰਜਾਬ ਦੇ ਵਿੱਚ ਵੀ ਜਿਹੜੇ ਇਹਦਾ ਜੋ ਰਿਸ਼ਤੇ 'ਚ ਸ਼ਾਇਦ ਨੇੜਿਓਂ ਕਿਤੋਂ ਲੱਗਦਾ ਰਾਘਵ ਚੱਡਾ ਹੋਵੇ ਜਾਂ ਜਿਹੜੇ ਸੰਦੀਪ ਪਾਠਕ ਹੋਵੇ ਉਹ ਪੰਜਾਬ 'ਚ ਆ ਕੇ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਪ੍ਰਧਾਨ ਦੀ, ਖੈਰ ਵੈਸੇ ਉਹ ਸ਼ਰਾਬੀ ਰਹਿਣ ਕਰਕੇ ਬਹੁਤਾ ਯਕੀਨ ਵੀ ਨਹੀਂ ਕਰਦੇ ਇਹਦੇ 'ਤੇ, ਤੇ ਪੰਜਾਬ ਦੇ ਪ੍ਰਧਾਨ ਦੀ ਕਿਤੇ ਕੋਈ ਗੱਲ ਨਹੀਂ ਚੱਲਣ ਦਿੰਦੇ। ਇਹ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਆ। ਤੇ ਨਸ਼ੇ ਦੇ ਮੁੱਦੇ ਤੇ ਤੁਹਾਡੇ ਸਾਹਮਣੇ ਪਹਿਲਾਂ ਕਿ ਯੂਟਰਨ ਲੈ ਕੇ ਮਾਫੀ ਮੰਗ ਕੇ ਭੱਜਿਆ, ਇਸੇ ਤਰ੍ਹਾਂ ਜਿੰਨੇ ਵੀ ਇਮਾਨਦਾਰ ਬੰਦੇ ਸੀ, ਇਮਾਨਦਾਰੀ ਦਾ ਢੌਂਗ ਰਚਦਾ ਹੈ, ਪ੍ਰਸ਼ਾਂਤ ਕਿਸ਼ੋਰ, ਸ਼ਾਂਤੀ ਭੂਸ਼ਣ ਜਿਹੜੇ ਸੀਗੇ ਜਾਂ ਦੂਸਰੇ ਯੋਗਿੰਦਰ ਯਾਦਵ ਸੀ, ਕੁਮਾਰ ਵਿਸ਼ਵਾਸ ਸੀ,
ਜਿੰਨੇ ਨਾਮੀ ਗ੍ਰਾਮੀ ਚਿਹਰੇ ਸੀ ਸਾਰੇ ਨੇ ਆਨੇ ਬਹਾਨੇ ਜਿਹੜੇ ਉਹ ਸਾਈਡ ਤੇ ਕਰ ਦਿੱਤੇ। ਕਿਸ ਤਰ੍ਹਾਂ ਰਾਜਾ ਸਭਾ ਦੀਆਂ ਟਿਕਟਾਂ ਤੱਕ ਵੇਚੀਆਂ ਗਈਆਂ, ਕਿਸ ਤਰ੍ਹਾਂ ਜਿਹੜਾ ਹੈਗਾ ਵੈਬਸਾਈਟ ਜਿਹੜੀ ਤੁਹਾਡੇ ਚੰਦਾ ਇਕੱਠਾ ਕਰਨ ਲਈ ਬਣਾਈ ਗਈ ਸੀ ਉਹਨੂੰ ਬੰਦ ਕੀਤਾ ਗਿਆ। ਮੈਂ ਸਮਝਦਾ ਸਰਕਾਰਾਂ ਬਣਨ ਤੋਂ ਬਾਅਦ ਪਾਰਟੀਆਂ ਤੇ ਲੋਕਾਂ ਤੇ ਇਲਜ਼ਾਮਾਂ ਲੱਗਦੇ ਆ। ਇਹ ਪਹਿਲੀ ਪਾਰਟੀ ਹੈ ਜਿਹੜੀ ਸਰਕਾਰ ਬਣਨ ਤੋਂ ਟਿਕਟ ਮਾਫੀਆ ਇਹਨਾਂ ਦੀ ਪਾਰਟੀ ਦੇ ਵਿੱਚ ਚੱਲਿਆ, ਔਰ ਅਸੀਂ ਨਹੀਂ ਇਹਨਾਂ ਦੇ ਪਾਰਟੀ ਲੈਣ ਵਾਲੇ ਲੋਕਾਂ ਨੇ ਖੁਲਾਸੇ ਕੀਤੇ। ਔਰ ਮੈਂ ਸਮਝਦਾ ਕਿ ਮੈਂ ਅਖੀਰ ਤੇ ਇਹੀ ਗੱਲ ਕਹੂੰਗਾ ਕਿ ਅੱਜ ਦਾ ਇਸ਼ਤਿਹਾਰ ਕੇਜਰੀਵਾਲ ਸਾਹਿਬ ਦੇ ਕਹਿਣ ਤੇ ਲੱਗਿਆ। ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਲੋਕਾਂ ਦੇ ਇੱਕ ਕਿਸਮ ਦਾ ਟੈਸਟ ਪੈਨ ਕਰਕੇ ਲਾ ਕੇ ਦੇਖਿਆ ਕਿ ਪੰਜਾਬ ਦੇ ਲੋਕ ਮੇਰਾ ਨਾਂ ਚੱਲਦੇ ਆ ਕਿ ਨਹੀਂ ਚੱਲਦੇ, ਕਿਉਂਕਿ ਖਾਸਮ ਖਾਸ ਜਿਹੜਾ ਵੱਡਾ ਸ਼ੇਅਰ ਬ੍ਰੋਕਰ ਹੈ, ਵੱਡਾ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਚ ਅੰਬਾਨੀਆਂ ਅਡਾਨੀਆਂ ਤੋਂ ਬਾਅਦ ਇਹਦਾ ਨਾਮ ਬੋਲਣ ਲੱਗ ਜੇ ਸ਼ਾਇਦ, ਤੇ ਉਸ ਕਿਸਮ ਤੋਂ ਇਸ਼ਤਿਹਾਰ ਇਹ ਸੋਚੀ ਸਾਚੀ ਸਾਜਿਸ਼ ਦੇ ਤਹਿਤ ਕੀਤਾ ਗਿਆ। ਮੈਂ ਸਮਝਦਾ ਕਿ ਪੰਜਾਬ ਦੇ ਲੋਕ ਪੰਜਾਬੀਆਂ ਦੀ ਕਦਰ ਕਰਦੇ ਆ, ਪੰਜਾਬ ਦੇ ਲੋਕ ਪੰਜਾਬ ਦੀ ਗੱਲ ਕਰਨ ਵਾਲੇ ਦੀ ਕਦਰ ਕਰਦੇ ਆ, ਤੇ ਕੇਜਰੀਵਾਲ ਸਾਹਿਬ ਇਹ ਸੁਪਨੇ ਲੈਣੇ ਛੱਡ ਦਿਓ। ਪਿਛਲੇ ਵਾਰੀ ਵੀ ਤੁਸੀਂ ਇਹਨਾਂ ਸਾਰਿਆਂ ਦੇ ਜਿਹੜੇ ਮੈਂ ਚੰਗੇ ਚਿਹਰੇ ਨਾਂ ਲਏ ਸੀਗੇ, ਜਿਹੜੇ ਲੋਕਾਂ ਦੇ ਵਿੱਚ ਇੱਕ ਚਰਚਿਤ ਚਿਹਰੇ ਸੀ, ਉਹਨਾਂ ਦਾ ਤੁਸੀਂ ਸਾਰਿਆਂ ਦਾ ਸਿਆਸੀ ਕਤਲ ਕਰਕੇ ਆਪਣੇ ਆਪ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ, ਤੇ 100 ਸੀਟਾਂ ਦੇ ਪੋਸਟਰ ਤੁਸੀਂ ਲਾਏ ਤੇ ਤੁਹਾਨੂੰ 20 ਸੀਟਾਂ ਤੇ ਮੂੰਹ ਦਿਖਾਣੀ ਪਈ। ਔਰ ਮੈਂ ਸਮਝਦਾ ਅੱਜ ਜਿਸ ਮੁਕਾਮ ਤੇ ਪਾਰਟੀ ਖੜੀ ਹੈ, ਅੱਜ ਦੇ ਤੁਹਾਡੇ ਇਸ ਇਸ਼ਤਿਹਾਰ ਦੇ ਨਾਲ ਤੁਸੀਂ ਸਪਸ਼ਟ ਕਰੋ ਕਿ ਤੁਸੀਂ ਖੁਦ ਲਵਾਇਆ ਜਾਂ ਉਹਨਾਂ ਨੇ ਕਿਵੇਂ ਕੀਤਾ। ਪਰ ਅੱਜ ਦੇ ਇਸ ਇਸ਼ਤਿਹਾਰ ਦੇ ਨਾਲ ਮੈਂ ਸਮਝਦਾ ਹਰ ਪੰਜਾਬੀ ਦਾ ਸਿਰ ਨੀਵਾਂ ਹੋਊਗਾ ਕਿ ਪੰਜਾਬ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣ ਸਕੇ। ਇਸ ਕਰਕੇ ਇਸ ਗੱਲ ਦਾ ਪੰਜਾਬੀਆਂ ਨੂੰ ਜਾਗਰੂਕ ਕਰਦੇ ਆ, ਪੰਜਾਬ ਨੂੰ ਦੇ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਇਹ ਧਾੜਵੀ ਪੰਜਾਬ ਨੂੰ ਲੁੱਟਣ ਦੇ ਲਈ ਆਪਦੀਆਂ ਨਵੀਆਂ ਸਕੀਮਾਂ ਘੜ ਰਿਹਾ, ਇਹਦੀਆਂ ਸਕੀਮਾਂ ਆਪਾਂ ਕਾਮਯਾਬ ਨਹੀਂ ਹੋਣ ਦੇਣੀਆਂ।